ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਚੜ੍ਹਦੀ ਕਲ 'ਚ ਰਹੋ, ਖੁਸ਼ ਰਹੋ, ਮਸਤ ਰਹੋ, ਕੀੜੇ ਕੀੜੇ ਰਹੋ, ਰੰਗ 'ਚ ਰਹੋ, ਆਪਣੇ ਆਪ ਨੂੰ ਕਾਇਮ ਰੱਖੋ, ਨਸ਼ੇ 'ਚ ਰੱਖੋ, ਸ਼ਰਾਬਾਂ ਦੇ ਨਸ਼ਿਆਂ 'ਚ ਨਹੀਂ, ਮਿਹਨਤ ਦਾ, ਕੰਮ ਦਾ ਨਸ਼ਾ, ਆਪਣੇ ਆਪ ਦਾ ਨਸ਼ਾ, ਲੋਰ 'ਚ ਰਹੋ, ਜੋ ਹੋਏਗਾ ਵੇਖੀ ਜਾਏਗੀ। ਕੋਈ ਵੀ ਮੁਸੀਬਤ ਆਵੇ, ਕੋਈ ਵੀ ਦੁੱਖ ਆਵੇ, ਕੋਈ ਵੀ ਤਕਲੀਫ ਆਵੇ, ਖਿੜੇ ਮੱਥੇ ਚੱਲਾਂਗੇ, ਬਰਦਾਸ਼ਤ ਕਰਾਂਗੇ, ਇੱਦਾਂ ਸੋਚਿਆ ਕਰੋ। ਸਟਰੋਂਗ ਮੈਸੇਜ ਆਪਣੇ ਆਪ ਨੂੰ ਦਿਆ ਕਰੋ। ਚੜ੍ਹਦੀ ਕਲਾ 'ਚ ਮੈਂ ਖੁਸ਼ ਹਾਂ, ਮੈਂ ਕਾਇਮ ਹਾਂ, ਕਿਹੜੀ ਗੱਲ ਹੈ, ਸਭ ਨਿਬਿੱਠ ਸਭ ਨਜਿੱਠ ਲਾਂਗੇ। ਇਹ ਮਾਇੰਡ ਨੂੰ ਬੋਲ ਬੋਲ ਕੇ ਮੈਸੇਜ ਦੇਣੇ ਨੇ, ਰਿਪੀਟ ਕਰਨੇ ਨੇ। ਬੜਾ ਵੱਡਾ ਸ਼ਬਦਾਂ ਦਾ ਅਸਰ ਹੈ, ਪੂਰਾ ਅਸਰ ਹੈ ਇਹਨਾਂ ਚੀਜ਼ਾਂ ਦਾ। ਸ਼ਬਦ ਦਾ ਬਹੁਤ ਗਹਿਰਾ ਅਸਰ ਹੈ। ਜੇ ਮੇਰੇ ਸ਼ਬਦਾਂ ਦਾ ਤੇਰੇ ਉੱਤੇ ਅਸਰ ਪੈਸਾ, ਤੇਰੇ ਸ਼ਬਦਾਂ ਦਾ ਨਹੀਂ ਪਏਗਾ। ਮੈਂ ਦੱਸਿਆ ਨਹੀਂ ਵੀ ਫੌਜੀਆਂ ਦੇ ਉੱਤੇ ਵੇਖੋ, ਹਾਂਜੀ ਯੈਸ, ਉਹ ਐਂ ਹੀ ਰਹਿੰਦੇ ਨੇ ਹਰ ਵੇਲੇ। ਬੜਾ ਅਸਰ ਹੈ। ਸੋ ਇਸ ਕਰਕੇ ਸ਼ਬਦ ਸੋਹਣੇ ਵਰਤਿਆ ਕਰੋ। ਹਾਂਜੀ ਕੋਈ ਗੱਲ ਹੀ ਨਹੀਂ, ਚੜ੍ਹਦੀ ਕਲਾ ਹੈ, ਕਿਹੜੀ ਗੱਲ ਹੈ। ਇਹ ਸ਼ਬਦ ਰਿਪੀਟ ਕਰੋ ਆਪਣੇ ਅੰਦਰ। ਨਵੀਂ ਸਵੇਰ ਦਾ ਨਵਾਂ ਸੁਨੇਹਾ ਮੈਂ ਗੱਲ ਕਰਨ ਲੱਗੀ ਹਾਂ, ਅਤੇ ਵੀਡੀਓ ਲਾਈਕ ਔਰ ਸ਼ੇਅਰ ਕਰਿਆ ਕਰੋ ਤਾਂ ਜੋ ਬਾਕੀਆਂ ਤੱਕ ਵੀ ਪਹੁੰਚ ਸਕੇ। ਇੱਕ ਔਰਤ ਦਾ ਹੋਇਆ ਵਿਆਹ, ਸ਼ਾਦੀ ਹੋਈ। ਵਿਆਹ ਕੇ ਜਦੋਂ ਪਤੀ ਦੇ ਘਰ ਗਈ, ਪਤੀ ਉਹਦਾ ਬੜਾ ਸਖਤ, ਬੜਾ ਡਿਸਿਪਲਨ ਵਾਲਾ, ਨਿਯਮਾਂ ਵਾਲਾ ਇਸ ਤਰ੍ਹਾਂ ਦਾ ਆਦਮੀ ਸੀ। ਉਹਨੇ ਇੱਕ ਲਿਸਟ ਬਣਾਈ, 30 ਚੀਜ਼ਾਂ ਦੀ ਲਿਸਟ ਬਣਾਤੀ। ਤੂੰ ਉੱਠਣਾ, ਮੇਰੇ ਲਈ ਖਾਣਾ ਬਣਾਉਣਾ, ਦੂਜੇ ਨੰਬਰ 'ਤੇ ਕੱਪੜੇ ਪ੍ਰੈਸ ਚਾਹੀਦੇ ਨੇ, ਮੇਰਾ ਜੁੱਤਾ ਇੱਦਾਂ ਦਾ ਬਿਲਕੁਲ ਪੋਲਿਸ਼ ਕੀਤਾ ਹੋਇਆ ਹੋਵੇ, ਰੋਟੀ ਠੰਡੀ ਨਹੀਂ ਚਾਹੀਦੀ, ਚਾਦਰ ਸਾਫ਼ ਹੋਣੀ ਚਾਹੀਦੀ ਹੈ, ਘਰ ਦੀ ਪ੍ਰੋਪਰ ਸਫਾਈ ਰੱਖਣੀ ਹੈ, ਆਏ ਗਏ ਨਾਲ ਇੰਨੀ ਕੁ ਗੱਲ। ਮਤਲਬ ਉਹਨੇ ਇੱਕ ਪ੍ਰੋਪਰ 30 ਉਹਨੇ ਚੀਜ਼ਾਂ ਦੀ ਲਿਸਟ ਬਣਾਈ, 30 ਉਹਨੇ ਪੁਆਇੰਟ ਲਿਖੇ, 30 ਪੁਆਇੰਟ ਔਰਤ ਲਈ ਉਸ ਬੰਦੇ ਨੇ ਲਿਖੇ। ਇਹ ਬੀਬੀ ਹੁਣ ਉਹਦੇ ਰੂਲ ਜਿਹੜੇ ਸੀ ਫੋਲੋ ਕਰਿਆ ਕਰੇ। 1, 2, 3, 4, 5, 6, 7, 8, 9, 10, 30 ਗਿਣਿਆ ਕਰੇ ਅਤੇ ਪੜ੍ਹਿਆ ਕਰੇ। ਲਿਸਟ ਦਿੱਤੀ ਸੀ ਉਹਨੇ ਵੀ ਇੱਦਾਂ ਚਾਹੀਦਾ ਮੈਨੂੰ, ਡਿਸਿਪਲਨ, ਆਹ ਕੁਛ ਚਾਹੀਦਾ। ਉਸੇ ਤਰ੍ਹਾਂ ਉਹ ਔਰਤ ਕਰਿਆ ਕਰੇ ਅਤੇ ਨਿਭਾਉਂਦੇ ਹੀ ਨਿਭਾਉਂਦੇ ਥੱਕ ਟੁੱਟ ਜਾਇਆ ਕਰੇ, ਬੁਰਾ ਹਾਲ ਹੋ ਜਾਇਆ ਕਰੇ। ਨਿਭਾਏ ਸਾਰੇ ਪਰ ਥੱਕ ਜਿਹਾ ਕਰੇ, ਅੱਕ ਜਿਹਾ ਕਰੇ। ਨਿਭਾਉਂਦੀ ਸਾਰੇ ਸੀ, 1 ਸਾਲ, 2 ਸਾਲ, 3 ਸਾਲ, 4 ਸਾਲ, ਪਰ ਬਹੁਤ ਥੱਕ ਜਿਹਾ ਕਰੇ ਵੀ ਰੂਲ ਤਾਂ ਹੈਗੇ ਨੇ, ਨਿਭਾਉਣੇ ਵੀ ਨੇ, ਸਾਰੀ ਜ਼ਿੰਦਗੀ ਨਿਭਾਵਾਂਗੀ। ਪਤੀ ਨੇ ਰੂਲ ਬਣਾ ਤੇ ਪਹਿਲੀ ਵਾਰੀ ਕਿ 30 ਆ ਨਿਯਮ ਨੇ ਮੇਰੇ ਲਈ, ਤੂੰ ਇਹਨਾਂ ਦੇ ਲਾਗੂ ਰੱਖਣੇ ਨੇ। 30 ਪੁਆਇੰਟ ਲਿਖਤੇ, ਉਹ ਰੂਲਸ ਜਿਹੜੇ ਨੇ ਫੋਲੋ ਕਰਦੀ ਹੈ। ਰੂਲ ਫੋਲੋ ਕਰਦਿਆਂ ਕਰਦਿਆਂ ਉਹਨੂੰ 10 ਸਾਲ ਲੰਘ ਗਏ। 10 ਸਾਲ, ਇੱਕ ਹਾਦਸਾ ਹੁੰਦਾ, ਉਹਦੇ ਪਤੀ ਦੀ ਮੌਤ ਹੋ ਜਾਂਦੀ, ਪਤੀ ਮਰ ਗਿਆ। ਉਸ ਦਾ ਵਿਆਹ ਕਿਸੇ ਹੋਰ ਬੰਦੇ ਨਾਲ ਕਰ ਦਿੱਤਾ ਗਿਆ, ਵਿਅਕਤੀ ਬਦਲ ਗਿਆ, ਅਤੇ ਬੀਬੀ 10 ਸਾਲ ਤੋਂ ਰੂਲ ਫੋਲੋ ਕਰਦੀ ਆ ਰਹੀ ਹੈ। ਨਵੇਂ ਘਰ 'ਚ ਗਈ, ਰੋਟੀ ਗਰਮ, ਚਾਹ, ਜੁੱਤਾ ਪਾਲਿਸ਼, ਘਰ ਦੀ ਸਾਫ਼ ਸਫਾਈ, ਹਰ ਚੀਜ਼ ਜਿਵੇਂ ਜਿਵੇਂ ਕਰਦੀ ਸੀ। 10 ਸਾਲ ਇਹਨੇ ਪਹਿਲੇ ਪਤੀ ਦੀ ਸੇਵਾ ਕੀਤੀ ਸੀ, ਹੁਣ ਦੂਸਰੇ ਪਤੀ ਦੀ ਸੇਵਾ ਵੇਲੇ ਵੀ ਉਸੇ ਤਰ੍ਹਾਂ ਇਹ ਫੋਲੋ ਕਰਦੀ। ਇਹ ਜਿਹੜਾ ਪਤੀ ਸੀ ਨਾ, ਇਹ ਇਸ ਦੀ ਇੱਜ਼ਤ ਬਹੁਤ ਕਰਦਾ ਸੀ, ਇਹਦੀ ਖੁਸ਼ੀ ਦਾ ਖਿਆਲ ਰੱਖਦਾ ਸੀ, ਇਹਦੀ ਸਮਾਈਲ ਦਾ ਖਿਆਲ ਰੱਖਦਾ ਸੀ, ਇਹ ਕੇਅਰਿੰਗ ਸੀ, ਹਾਲ ਪੁੱਛਦਾ ਸੀ, ਫਿਕਰ ਕਰਦਾ ਸੀ, ਰੋਜ਼ ਪੁੱਛਦਾ ਸੀ ਤੇਰਾ ਕੀ ਹਾਲ ਹੈ, ਤੂੰ ਠੀਕ ਹੈ, ਤੂੰ ਥੱਕ ਤਾਂ ਨਹੀਂ ਗਈ, ਕਾਲ ਕਰ ਕਰਕੇ ਪੁੱਛਦਾ ਸੀ। ਪਹਿਲਾ ਪਤੀ ਸਖਤ ਬਹੁਤ ਸੀ,
ਇਹ ਇੱਜ਼ਤ ਕਰਦਾ ਸੀ, ਰਿਸਪੈਕਟ ਕਰਦਾ ਸੀ। ਤੇ ਹੁਣ ਇਹਦੇ ਵਿਆਹ ਨੂੰ 5-4 ਸਾਲ ਲੰਘਣ ਤੋਂ ਬਾਅਦ ਇਹ ਇਸੇ ਤਰ੍ਹਾਂ ਰੂਲ ਫੋਲੋ ਕਰਦੀ ਹੈ, ਬੜੀ ਖੁਸ਼ ਰਹਿੰਦੀ ਹੈ। ਤੇ ਇੱਕ ਦਿਨ ਇਹ ਕੱਪੜੇ ਫੋਲਦੀ ਸੀ ਤਾਂ ਇਹਨੂੰ ਪੁਰਾਣੇ ਕੱਪੜਿਆਂ ਦੇ ਵਿੱਚੋਂ ਉਹ 30 ਕੰਮਾਂ ਦੀ ਲਿਸਟ ਲੱਭ ਗਈ। ਇਹਨੇ ਸਾਰੀ ਲਿਸਟ ਪੜ੍ਹੀ ਤੇ ਹੈਰਾਨ ਹੋ ਗਈ, ਇਹ ਸਾਰੇ ਦੇ ਸਾਰੇ ਕੰਮ ਤਾਂ ਮੈਂ ਹੁਣ ਵੀ ਕਰਦੀ ਹਾਂ, ਲਿਸਟ ਤੇ ਪਹਿਲਾਂ ਵੀ ਸੀ। ਇਹ ਸਾਰੇ ਕੰਮ ਮੇਰੀ ਆਦਤ ਬਣ ਚੁੱਕੀ ਹੈ, ਮੇਰੀ ਹੈਬਿਟ ਬਣ ਗਈ ਹੈ। ਮੈਂ ਇੰਨਾ ਕੰਮ ਕੀਤਾ 10 ਸਾਲ ਆਪਣੇ ਪੁਰਾਣੇ ਪਤੀ ਦੇ ਨਾਲ ਕਿ ਮੈਂ ਹੁਣ ਵੀ ਉਵੇਂ ਹੀ ਕਰਦੀ ਹਾਂ। ਪਰ ਇਹ ਸੋਚਣ ਲੱਗ ਗਈ ਬਹਿ ਕੇ, ਪਹਿਲਾਂ ਮੈਂ ਥੱਕ ਬਹੁਤ ਜਾਂਦੀ ਸੀ, ਹੁਣ ਮੈਂ ਥੱਕਦੀ ਨਹੀਂ। ਨਾਲੇ ਉਦੋਂ ਤੋਂ ਮੈਂ ਜਵਾਨ ਸੀ, ਹੁਣ ਮੇਰੀ ਏਜ ਵੀ ਵੱਧ ਚੁੱਕੀ ਹੈ, ਪਰ ਹੁਣ ਮੈਂ ਥੱਕਦੀ ਨਹੀਂ। ਉਦੋਂ ਮੈਂ ਥੱਕ ਜਾਂਦੀ ਸੀ, ਉਦੋਂ ਮੈਂ ਇਰੀਟੇਟ ਹੁੰਦੀ ਸੀ, ਹੁਣ ਮੈਂ ਖੁਸ਼ ਰਹਿੰਦੀ ਹਾਂ। ਫਰਕ ਕੀ ਹੈ? ਫਰਕ ਇਹ ਹੈ ਕਿ ਪਹਿਲਾਂ ਬੱਝੀ ਹੋਈ ਕੰਮ ਕਰਦੀ ਸੀ, ਹੁਣ ਪਿਆਰ ਨਾਲ ਕਰਦੀ ਹੈ, ਹੁਣ ਚਾਅ ਨਾਲ ਕਰਦੀ ਹੈ, ਹੁਣ ਪ੍ਰੈਸ਼ਰ ਨਹੀਂ, ਹੁਣ ਪਿਆਰ ਹੈ। ਵੇਖੋ, ਕਿਸੇ ਦੇ ਬੱਚੇ ਦੀ ਗੰਦਗੀ ਸਾਫ਼ ਕਰਨੀ ਕਿੰਨੀ ਔਖੀ ਲੱਗੇਗੀ, ਆਪਣੇ ਦੀ ਪਿਆਰ ਹੈ। ਕੋਈ ਰਾਤ ਨੂੰ ਸੁੱਤੇ ਪਏ ਨੂੰ ਉਠਾ ਦੇ, ਪਰ ਬੱਚਾ ਤਾਂ ਮਾਂ ਨੂੰ 6-6 ਵਾਰੀ ਉਠਾਉਂਦਾ। ਜਦੋਂ ਨਵਜੰਮਿਆ ਬੱਚਾ 6-6 ਵਾਰੀ ਉਠਾਉਂਦਾ, ਮਾਂ ਉੱਠਦੀ, ਪਿਓ ਵੀ ਉੱਠ ਪੈਂਦਾ ਕੋਲ। ਹੁਣ ਆਪਣਾ, ਹੁਣ ਪਿਆਰ ਹੈ, ਹੁਣ ਪਰਵਾਹ ਨਹੀਂ। ਹੁਣ ਥੱਕਦੀ ਕਿਉਂ ਨਹੀਂ? ਕਿਉਂਕਿ ਜਿਹੜਾ ਹੁਣ ਘਰ ਵਾਲਾ ਹੈ ਇਹ ਇੱਜ਼ਤ ਕਰਦਾ, ਇਹ ਹਾਲ ਪੁੱਛਦਾ, ਤੂੰ ਕਿਵੇਂ ਹੈ, ਤੂੰ ਠੀਕ ਹੈ, ਤੂੰ ਥੱਕੀ ਤਾਂ ਨਹੀਂ। ਇਹ 2-4 ਵਾਰੀ ਫੋਨ ਕਰਕੇ ਪੁੱਛਦਾ, ਇਹਨੇ ਰੂਲ ਬਣਾਏ ਜੇਲਰ ਵਾਂਗੂ ਨਹੀਂ। ਇਹ ਇੱਜ਼ਤ ਕਰਨ ਵਾਲਾ ਹੈ, ਜੇਲ੍ਹ ਨਹੀਂ ਲੱਗਦਾ ਹੁਣ ਘਰ। ਪਹਿਲਾਂ ਵੀ ਉਹੀ ਰੂਲ ਨਿਭਾਉਂਦੀ, ਹੁਣ ਵੀ ਉਹੀ ਹੈ, ਕੰਮ ਪਹਿਲਾਂ ਵੀ ਉਹੀ ਸੀ, ਕੰਮ ਹੁਣ ਵੀ ਉਹੀ ਕਰਦੀ ਹੈ, ਪਰ ਹੁਣ ਫਰਕ ਪੈ ਗਿਆ। ਵੀਰੋ, ਪਿਆਰ ਹੋਵੇ ਨਾ ਜਦੋਂ, ਫਿਰ ਹੁਕਮ ਮੰਨਿਆ ਨਹੀਂ ਜਾਂਦਾ, ਹੁਕਮ ਮਾਣਿਆ ਜਾਂਦਾ। ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋਵੋ, ਉਹ ਕਹੇ ਜਾਂ ਮੇਰੀ ਜੁੱਤੀ ਚੱਕ ਕੇ ਲਿਆ, ਇਹਦੇ ਨਾਲ ਪਿਆਰ ਨਹੀਂ ਕਰਦੇ, ਜਾਂ ਜੁੱਤੀ ਚੱਕ ਕੇ ਲਿਆ, ਐਂ ਲੱਗਦਾ ਵੀ ਇਹ ਮੈਨੂੰ ਕਿਵੇਂ ਜੁੱਤੀ ਕਹਿਤਾ। ਜਿਹਦਾ ਪਿਆਰ ਹੋਵੇ ਕਹੋ ਜਾਂ ਮੇਰਾ ਜੁੱਤੀ ਲਿਆਈ ਚੱਕ ਕੇ, ਬੰਦਾ ਭੱਜ ਕੇ ਚੁੱਕ ਕੇ ਛਾਤੀ ਨਾਲ ਲਾ ਕੇ ਲਿਆਉਂਦਾ, ਵੀ ਜਿਵੇਂ ਉਹਨੂੰ ਮਾਂ ਉਹਨੂੰ ਇਹ ਲੱਗਦਾ ਵੀ ਮੈਂ ਕਰਾਂ, ਇਹਨੇ ਹੁਕਮ ਦਿੱਤਾ ਮੈਂ ਕਰਾਂ। ਹੁਕਮ ਮਾਣਿਆ ਜਾਂਦਾ, ਮੰਨਿਆ ਹੀ ਨਹੀਂ, ਮਾਣਿਆ ਵੀ ਜਾਂਦਾ ਉਹਨਾਂ ਦਾ ਹੁਕਮ ਜਿਹੜੇ ਸੱਚੀ ਸਤਿਕਾਰ ਯੋਗ ਹੁੰਦੇ ਨੇ, ਜਿਹੜੇ ਸੱਚੀ ਚੰਗੇ ਬੰਦੇ ਹੁੰਦੇ ਨੇ, ਜਿਹੜੇ ਸੱਚੀ ਮਹਾਨ ਪੁਰਸ਼ ਹੁੰਦੇ ਨੇ, ਜਿਹੜੇ ਸੱਚਮੁੱਚੀ ਕਮਾਲ ਦੀਆਂ ਰੂਹਾਂ ਹੁੰਦੀਆਂ ਨੇ ਨਾ, ਉਹਨਾਂ ਦਾ ਹੁਕਮ ਤਾਂ ਮਾਣਿਆ ਜਾਂਦਾ, ਮੰਨਿਆ ਨਹੀਂ, ਮਾਣਿਆ। ਸਵਾਦ ਆਉਂਦਾ ਉਹਨਾਂ ਦੇ ਆਗਿਆ ਮੰਨ ਕੇ, ਵੀ ਹੁਕਮ ਕੀਤਾ, ਮੈਨੂੰ ਕੀਤਾ, ਮੈਂ ਕਰਾਂ, ਮੈਨੂੰ ਸਮਝ ਲਿਆ ਇਹਦੇ ਯੋਗ, ਤੇਰੀ ਡਿਊਟੀ ਹੈ, ਮੈਂ ਕਰਾਂਗਾ। ਉਹਨੂੰ ਚਾਅ ਚੜ ਜਾਂਦਾ ਹੈ, ਮੈਨੂੰ ਕਿਹਾ ਵੀ ਤੂੰ ਸਾਰੀ ਰਾਤ ਪਹਿਰਾ ਦੇ, ਮੈਂ ਤਾਂ ਸਾਰੀ ਰਾਤ ਜਾਗਾਂਗਾ, ਮੇਰੀ ਡਿਊਟੀ ਲਾਤੀ। ਇਹ ਪਿਆਰ ਹੈ। ਉਹ ਕਹਿੰਦੀ ਹੈ ਮੈਂ ਪਹਿਲਾਂ ਤਾਂ ਬੜੀ ਦੁਖੀ ਰਹਿੰਦੀ ਸੀ, ਪਰ ਹੁਣ 30 ਦੇ 30 ਫਰਜ਼ ਪਹਿਲਾਂ ਵੀ ਨਿਭਾਉਂਦੀ ਸੀ, ਹੁਣ ਵੀ ਨਿਭਾਉਂਦੀ ਹੈ, ਪਰ ਹੁਣ ਤਾਂ ਮੈਂ ਥੱਕਦੀ ਨਹੀਂ, ਮੈਂ ਅੱਕਦੀ ਨਹੀਂ, ਮੈਨੂੰ ਚਾਅ ਹੀ ਬਹੁਤ, ਖੁਸ਼ੀ ਬਹੁਤ, ਕਿਉਂਕਿ ਹੁਣ ਮੇਰਾ ਪਤੀ ਮੇਰੀ ਕੇਅਰ ਕਰਦਾ, ਮੇਰੀ ਇੱਜ਼ਤ ਕਰਦਾ, ਮੇਰੀ ਰਿਸਪੈਕਟ ਕਰਦਾ, ਉਹਨੂੰ ਮੇਰਾ ਫਿਕਰ ਹੈ। ਵੀਰੋ, ਜੇ ਸੱਚੀ ਇੱਦਾਂ ਕਰਨ ਵਾਲੇ ਹੋ, ਇਹ ਕਰਦੇ ਆਹ ਕਰਦੇ ਆਹ ਕਰਦੇ, ਘਰ ਵਾਲੀਆਂ ਬੋਲਣ ਭਾਵੇਂ ਨਾ ਬੋਲਣ, ਪਰ ਉਹ ਦੁਖੀ ਨੇ, ਕੁੱਟਦੀਆਂ ਨੇ। ਪਰ ਜੇ ਕਿਤੇ ਸੱਚੀ ਤੁਸੀਂ ਇਹ ਵਿੱਚ ਪਿਆਰ ਦਾ ਤੜਕਾ ਲਾ ਦਿਓ ਨਾ, ਸਾਰੀ ਜ਼ਿੰਦਗੀ 'ਚ ਸਮੈਲ ਆਏਗੀ ਪਿਆਰ ਦੀ, ਦਿਨ 'ਚ ਮਹਿਕ ਆਏਗੀ, ਹਰ ਚੀਜ਼ 'ਚ ਪਿਆਰ ਦਾ ਤੜਕਾ ਲੱਗਾ ਹੋਵੇ, ਇੱਜ਼ਤ, ਰਿਸਪੈਕਟ। ਘਰ ਵਾਲੀ ਨੂੰ ਰਿਸਪੈਕਟ ਦੇ ਕੇ ਵੇਖੋ, ਇੱਜ਼ਤ ਦਿਓ, ਕੁਛ ਨਹੀਂ ਚਾਹੀਦਾ, ਰਿਸਪੈਕਟ ਚਾਹੀਦੀ। ਘਰ ਵਾਲੀ ਫਿਰ ਘਰ ਵਾਲੇ ਦੀ ਰਿਸਪੈਕਟ ਰੱਖੇ, ਇੱਜ਼ਤ ਰੱਖੇ, ਤੂੰ ਵੀ ਨਹੀਂ ਥੱਕੇਗਾ ਫਿਰ, ਨਾ ਕੰਮ 'ਤੇ ਜਾਏਗਾ ਉਹ ਵੀ ਭੱਜਿਆ ਫੁੱਲ ਹਲਕਾ ਰਹੇਗਾ, ਉਹ ਵੀ ਥੱਕ ਜਾਂਦੇ ਨੇ ਫਿਰ, ਜਦੋਂ ਉਹਨਾਂ ਨੂੰ ਪਤਾ ਵੀ ਇੱਜ਼ਤ ਨਹੀਂ ਹੋਣੀ। ਮੈਂ ਇੰਨਾ ਕੰਮ ਕਰਕੇ ਆਉਂਦਿਆਂ ਨੂੰ ਆ ਗਿਆ, ਖਾਇਆ ਧੱਕੇ ਗਲ ਪੈ ਜਾਣਾ ਆਉਂਦਿਆਂ ਨੂੰ ਘਰ, ਉਹ ਵੀ ਫਿਰ ਕਹਿੰਦੇ ਨੇ ਕੀ ਕਿਹਦੇ ਲਈ ਮੈਂ ਕਰਦਾ ਫਿਰਦਾ, ਮੈਂ ਕਿਉਂ ਕਰਦਾ ਫਿਰਦਾ,
मैं क्या दे लई मरदा फिरदा जे मैनू दो चंगे शब्द नहीं बोलने, तो जे घर वाली उन्हू शब्द सोहने रिस्पैक्ट रखे भी तू कम करदा महीने का इन्ना पैसा कमा के लिया, साढ़े मूँह च बुरकी पैंदी है, बहुत कमाल है, इज्जत रखी उहदी, तो वह कहे ये मेरी घर वाली है, बच्चे सामभदी है, मेरा इन्ना केयर करती है, उहदी इज्जत करे, उहदी केयर करे, उहनू पुछे मैं कि उहदी गल सुने, तो वेख्यो फिर प्यार दा तड़का ला दिओ, हर काम च प्यार दा तड़का ला दिओ, नज़ारा आ जाओ। नवी सवेर दा नवा सुनेहा अज नहीं, कायम रहो, राजी रहो, खुश रहो, चढ़दी कला चलो, मस्त रहना ही रहना, ठीक है जी। वाहिगुरु जी का खालसा, वाहिगुरु जी की फतह।